ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਇਨੀ ਦਿਨੀ ਸੋਸ਼ਲ ਮੀਡੀਆ ਤੇ ਬੱਚੇ ਕਿਡਨੈਪ ਕਰਨ ਅਤੇ ਬੱਚਿਆਂ ਦੇ ਅਗਵਾਕਾਰਾਂ ਨੂੰ ਫੜਨ ਦੀਆਂ ਸੱਚੀਆਂ ਝੂਠੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਜਿਹੀ ਇੱਕ ਵੀਡੀਓ ਪਿਛਲੇ ਦਿਨੀ ਸੰਗਰੂਰ ਤੋਂ ਸਾਹਮਣੇ ਆਈ ਸੀ, ਜੋ ਸ਼ਾਇਦ ਤੁਸੀਂ ਵੀ ਕਿਸੇ ਨਾ ਕਿਸੇ ਵਟਸਐਪ ਗਰੁੱਪ 'ਚ ਜ਼ਰੂਰ ਸੁਣੀ ਅਤੇ ਦੇਖੀ ਹੋਵੇਗੀ। ਇਸ ਵੀਡੀਓ ਨਾਲ ਇੱਕ ਆਡੀਓ ਵੀ ਪਾਈ ਗਈ ਸੀ, ਜਿਸ 'ਚ ਦੱਸਿਆ ਗਿਆ ਕਿ ਬੱਚਿਆਂ ਨਾਲ ਭਰਿਆ ਟਰੱਕ ਪਲਟ ਗਿਆ, ਜਿਸ 'ਚ ਅਗਵਾ ਕੀਤੇ ਬੱਚੇ ਸਨ। ਪਹਿਲਾਂ ਸੁਣਦੇ ਹਾਂ ਇਹ ਆਡੀਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੇਰੇ ਗਰੁੱਪ ਵਾਲੇ ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਹੈ, ਵੀਰੋ ਹਰਿਆਊ ਡੱਸ ਕੇ ਹਰਿਆਊ ਸੈਲਰਾਂ ਦੇ ਕੋਲ ਬੱਚਿਆਂ ਦਾ ਭਰਿਆ ਟਰੱਕ ਪਲਟ ਗਿਆ ਭਾਈ। ਜੇ ਕਿਸੇ ਦੇ ਵੀ ਬੱਚੇ ਗੁੰਮ ਹੋਏ ਹੋਣ ਤਾਂ ਉਹਨਾਂ ਤੱਕ ਵੀਰ ਬਣ ਕੇ ਸਾਰੇ ਗਰੁੱਪਾਂ ਦੇ ਵਿੱਚ ਇਹ ਮੈਸੇਜ ਭੇਜ ਦਿਓ। ਚੀਮਾ ਸਾਹਿਬ ਗੁਰਦੁਆਰੇ ਦਾ ਨੰਬਰ ਲੈ ਲਓ। ਚੀਮਾ ਸਾਹਿਬ ਗੁਰਦੁਆਰੇ ਦੇ ਵਿੱਚ ਅਲੋਸਮੈਂਟ ਹੋਈ ਹੈ ਸੰਤ ਬਾਬਾ ਆਤਰ ਸਿੰਘ ਦੇ ਜਨਮ ਸਥਾਨ 'ਤੇ। ਚੀਮਾ ਸਾਹਿਬ ਗੁਰਦੁਆਰਾ ਜਨਮ ਸਥਾਨ ਦਾ ਨੰਬਰ ਦਿੰਦੇ ਜੀ, ਤੁਹਾਨੂੰ ਉੱਥੇ ਸੰਪਰਕ ਕਰ ਸਕਦੇ ਹੋ। ਜੇ ਕਿਸੇ ਦੇ ਬੱਚੇ ਹੁਣ ਨੰਬਰ ਲਿਖੋ ਵੀਰ ਜੀ, 9216-15-108 ਗੁਰਦੁਆਰਾ ਜਨਮ ਸਥਾਨ ਚੀਮਾ ਸਾਹਿਬ ਦਾ ਇਹ ਨੰਬਰ ਹੈ ਜੀ। ਜੇ ਕਿਸੇ ਦੇ ਵੀ ਬੱਚੇ ਚੱਕੇ ਗਏ ਹੁਣ ਜਨਮ ਸਥਾਨ ਗੁਰਦੁਆਰੇ ਦੇ ਵਿੱਚ ਸੰਪਰਕ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦੇਖੋ ਤੁਸੀਂ ਉਹ ਵੀਡੀਓ, ਜਿਸ 'ਚ ਪਿੰਡ ਵਾਸੀ ਬੱਚਿਆਂ ਦੇ ਕਿਡਨੈਪਰ ਕਹਿ ਕੇ ਦੋ ਵਿਅਕਤੀਆਂ ਦੀ ਪੂਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਹੁਣ ਅਸਲ 'ਚ ਇਸ ਵੀਡੀਓ ਦਾ ਸੱਚ ਕੀ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਇਹ ਦੋਨੋਂ ਵਿਅਕਤੀ ਆਪਣੇ ਭਰਾ ਦੇ ਘਰ ਦੀ ਛੱਤ ਬਣਾ ਕੇ ਆਪਣੇ ਪਿੰਡ ਜਾ ਰਹੇ ਸਨ ਕਿ ਰਸਤੇ 'ਚ ਆਲਮਪੁਰ ਕੋਲ ਲੋਕਾਂ ਨੇ ਇਹਨਾਂ ਦੀ ਜੀਪ 'ਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਨੇ ਜੀਪ ਭਜਾ ਲਈ ਅਤੇ ਅੱਗੇ ਜਾ ਕੇ ਜੀਪ ਪਲਟ ਗਈ ਤਾਂ ਸਥਾਨਕ ਲੋਕਾਂ ਨੇ ਇਹਨਾਂ ਨੂੰ ਬੱਚਾ ਚੋਰੀ ਕਰਨ ਵਾਲੇ ਕਹਿ ਕੇ ਇਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਅਸਲ 'ਚ ਇਹ ਵਿਚਾਰੇ ਬੇਕਸੂਰ ਸਨ। ਹੁਣ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਹਨਾਂ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਈਆਂ ਸੀ ਸਾਡੇ ਕੋਲੇ ਤੇਸੀਆਂ ਕਰੰਡੀਆਂ ਵੀ ਸੀਗੀਆਂ, ਲੋਕ ਫਲੇੜੇ ਦੇ ਗੱਡੀ ਜਦੋਂ ਫਲੇੜੇ 'ਚ ਵੜਨ ਲੱਗੀ ਇੱਟਾਂ ਚਲਾਉਣ ਲੱਗ ਗਏ ਲੋਕ। ਕਿਸੇ ਨੇ ਸਾਨੂੰ ਕਢਾ ਕੇ ਆਏ ਨਹੀਂ ਪੁੱਛਿਆ ਹੈਗਾ ਵੀ ਕੀ ਗੱਲ ਹੈ ਜੀ, ਕੀ ਬਾਤ ਹੈ। ਤਲਾਸੀ ਅਸੀਂ ਜੇ ਰੋਕਦੇ ਸੀ ਰੁਕਦੇ ਵੀ ਗੱਡੀ ਲੈ ਕੇ, ਰੋਕਿਆ ਨਹੀਂ ਸਾਨੂੰ, ਲੋਕ ਇੱਟਾਂ ਮਾਰਨ ਲੱਗ ਗਏ ਤਾਂ ਸਾਡੀ ਹੋਰ ਸਾਨੂੰ ਰਾਹ ਨਹੀਂ ਮਿਲਿਆ, ਅਸੀਂ ਗੱਡੀ ਭਜਾ ਲਈ। ਗੱਡੀ ਆ ਕੇ ਹਰਿਆਊ ਪਲਟ ਗਈ, ਅੱਧੇ ਲੋਕ ਮੂਹਰੋਂ ਆ ਗਏ ਹਰਿਆਊ ਦੇ, ਕੁਛ ਫਲੇੜੇ ਦੇ ਮਗਰ ਲੱਗੇ ਹੋਏ ਸੀ, ਕੁਛ ਆਲਮਪੁਰ ਦੇ ਸੀਗੇ। ਫਿਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕੁੱਟਿਆ ਜੀ, ਨਾਲੇ ਤਾਂ ਸਾਨੂੰ ਕਹਿੰਦੇ ਤੁਸੀਂ ਬੱਚੇ ਚੱਕੇ ਨੇ ਜੀ। ਮੈਂ ਤੁਸੀਂ ਸਾਡੇ ਕੋਲ ਬੱਚਾ ਦੇਖ ਲਓ ਵੀ ਜੇ ਹੈਗਾ ਗਾ ਤਾਂ ਦਿਖਾ ਦਿਓ, ਜੇ ਬੱਚਾ ਨਿਕਲਿਆ ਸੀ ਗੁਨੇਗਾਰ ਹੋਵਾਂਗੇ। ਸਾਡੇ ਕੋਲ ਜੀਪ ਹੈ ਜੀ, ਕੱਖ ਢੋਣ ਵਾਸਤੇ ਰੱਖੀ ਹੋਈ ਹੈ, ਦੋ ਬੰਦੇ ਬਹਿੰਦੇ ਸਿਰਫ ਮੂਹਰੇ, ਉਹਦੇ ਤੀਜਾ ਬੰਦਾ ਨਹੀਂ ਬੈਠ ਸਕਦਾ। ਕੰਮ ਅਸੀਂ ਦਿਹਾੜੀ ਦੱਪਾ ਕਰਦੇ ਜੀ। ਮੰਗ ਸਾਡਾ ਜਿਹੜਾ ਨੁਕਸਾਨ ਹੋਏ ਸਾਡੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਸਾਨੂੰ, ਨਾ ਤਾਂ ਉਹਨਾਂ ਦਾ ਉਹ ਚਾਹੀਦਾ, ਜੇ ਸਾਡੇ ਬੰਦੇ ਨੂੰ ਕੋਈ ਗੱਲਬਾਤ ਹੋ ਗਈ ਸੀ ਫਲੇੜੇ ਦੇ ਬੰਦਿਆਂ ਦਾ ਉਹ ਕਰਾਂਗੇ। ਇਹ ਕੋਈ ਬੱਚੇ ਚੱਕਣ ਦਾ ਮਾਮਲਾ ਨਹੀਂ ਜੀ, ਸਾਡੇ ਪਿੰਡ ਦੇ ਮਜ਼ਦੂਰ ਬੰਦੇ ਨੇ, ਇਹਨਾਂ ਦੇ ਵਿੱਚੋਂ ਇੱਕ ਭਰਾ ਕੋਠੜੀ ਰਹਿੰਦਾ, ਉਹਨਾਂ ਦਾ ਮਕਾਨ ਡਿੱਗ ਪਿਆ ਸੀ, ਇਹ ਉੱਥੇ ਮਕਾਨ ਪਾਉਣ ਗਏ ਸੀ, ਕਿਸੇ ਨੇ ਆਲਮਪੁਰ ਤੋਂ ਵਾਹ ਫਲਾਤੀ ਵੀ ਬੱਚੇ ਚੁੱਕਣ ਵਾਲਾ ਗਰੋਹ ਆ ਰਿਹਾ। ਜਦੋਂ ਇਹਨਾਂ ਦੀ ਗੱਡੀ ਫਲੇੜੇ ਪਿੰਡ ਪਹੁੰਚੀ ਤਾਂ ਇਹਨਾਂ ਦੇ ਇੱਟਾਂ ਪੈਣੀਆਂ ਸ਼ੁਰੂ ਹੋ ਗਈਆਂ, ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਹਰਿਆਊ ਪਿੰਡ ਵੱਲ ਭਜਾ ਲਈ, ਜੋ ਕਿ ਹਰਿਆਊ ਹਰਚੰਦ ਸਿੰਘ ਸਕੂਲ ਦੇ ਕੋਲ ਆ ਕੇ ਪਲਟ ਗਈ। ਉਦੋਂ ਬਾਅਦ ਕੁਛ ਬੰਦੇ ਫਲੇੜੇ ਤੋਂ ਆ ਗਏ, ਕੁਛ ਹਰਿਆਊ ਤੋਂ ਆ ਗਏ, ਇਹਨਾਂ ਨੂੰ ਬਹੁਤ ਹੀ ਜ਼ਿਆਦਾ ਨਜਾਇਜ਼ ਕੁੱਟਮਾਰ ਕੀਤੀ ਹੈ। ਕੋਈ ਇਹਨਾਂ ਕੋਲ ਬੱਚਾ ਨਹੀਂ ਹੋਇਆ, ਇਹਨਾਂ 'ਚੋਂ ਇੱਕ ਬੰਦਾ ਮਾਨਸਾ ਦਾਖਲ ਹੈ ਜੀ, ਜਿਹਦਾ ਪਹਿਲਾਂ ਬਹੁਤ ਹੀ ਜ਼ਿਆਦਾ ਕੁੱਟਮਾਰ ਹੋਈ ਹੈ ਜਿਹਦੀ। ਉੱਥੇ ਫਲੇੜੇ ਅੱਗੋਂ ਗੱਡੀ ਨੂੰ ਇੱਟੇ ਵੱਟੇ ਲੱਗੇ ਵੱਜਣ, ਇਹਨਾਂ ਨੇ ਗੱਡੀ ਤੋੜਨ ਦੀ ਕੋਸ਼ਿਸ਼ ਕਰੀ, ਜਦੋਂ ਰੋਕਣ ਦੇ ਬਜਾਏ ਭਜਾਉਣੀ ਪੈ ਗਈ, ਜਦੋਂ ਲੋਕਾਂ ਨੇ ਲੋੜ ਤੋਂ ਜ਼ਿਆਦਾ ਇੱਟੇ ਰੋੜੇ ਮਾਰੇ।
ਉਦੋਂ ਬਾਅਦ ਰਿਆਊ ਨੂੰ ਆਉਂਦੇ ਸੀ, ਰਿਆਊ 'ਚ ਰਾਹ 'ਚ ਗੱਡੀ ਪਲਟ ਗਈ, ਕਾਹਲੀ ਚੁਲਝ ਗਏ ਵਿਚਾਰੇ, ਉੱਥੇ ਆ ਕੇ ਲੋਕਾਂ ਨੇ ਪਿੱਛੋਂ ਵੀ ਆ ਕੇ ਕੁੱਟਿਆ, ਅੱਗੋਂ ਵੀ ਲੋਕਾਂ ਨੇ ਕੁੱਟਿਆ, ਅਤੇ ਬੜੇ ਗਰੀਬ ਘਰ ਦੇ ਬੰਦੇ, ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੇ। ਚੀਮਿਆਂ ਤੋਂ ਵੀਡੀਓ ਵਾਇਰਲ ਹੋਈ ਹੈ ਜੀ, ਉਹ ਬਿਲਕੁਲ ਗਲਤ ਹੋਈ ਹੈ। ਉਹਨਾਂ ਬੰਦਿਆਂ 'ਤੇ ਪਰਚੇ ਹੋਣੇ ਚਾਹੀਦੇ ਨੇ ਜਿੰਨੀਆਂ ਝੂਠੀਆਂ ਵੀਡੀਓ ਵਾਇਰਲ ਕਰੀ। ਆਲਮਪੁਰ ਭੂਠੀਆਂ, ਆਲਮਪੁਰ ਵੀ ਹੋਇਆ ਹੈ, ਮਗਰੋਂ ਫੋਨ ਆਇਆ, ਉਹਨਾਂ ਬੰਦਿਆਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜਿਨ੍ਹਾਂ ਬੰਦਿਆਂ ਨੇ ਫੋਨ ਕਰਕੇ ਅੱਗੋਂ ਗੱਡੀ ਰੁਕਾਈ। ਕਿਹਾ ਕੁਛ ਨਹੀਂ, ਕਹਿੰਦੇ ਵੀ ਬੱਚੇ ਅਗਵਾਹ ਹੋਏ ਨੇ, ਬੱਚਾ ਕੋਈ ਕਿਤੋਂ ਸਾਬਤ ਨਹੀਂ, ਨਾ ਇਹ ਬੱਚੇ ਚੁੱਕਣ ਜੋਗੀ ਹਿੰਮਤ ਰੱਖਦੇ ਨੇ, ਇੰਨੇ ਜੋਗਾ ਇਹ ਪਰਿਵਾਰ ਨਹੀਂ, ਅਸੀਂ ਬੱਚ ਬੁਣ ਤੋਂ ਜਾਣਦੇ ਹਾਂ ਕੋਈ ਇਹੋ ਜਿਹਾ ਕੋਈ। ਬਹੁਤ ਜ਼ਿਆਦਾ, ਲੋੜ ਤੋਂ ਜ਼ਿਆਦਾ ਹੋ ਸਕਦਾ, ਕੋਈ ਹੱਸ ਜਾਨਲਾਵਾ ਵੀ ਹੋ ਸਕਦੀ ਹੈ ਇਹੋ ਜਿਹਾ। ਉਧਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਹੈ ਅਤੇ ਨਾਲ ਹੀ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਜਿਹਦੇ ਪਿੱਛੇ ਵਾਈਟ ਕਲਰ ਦੀ ਬਾਡੀ ਲੱਗੀ ਹੋਈ ਸੀਗੀ, ਉਹ ਖੇਤਾਂ 'ਚ ਪਲਟੀ ਹੋਈ ਸੀਗੀ, ਜਿੱਥੇ ਕੋਈ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਸੀਗਾ, ਅਤੇ ਅਸੀਂ ਗੱਡੀ ਨੂੰ ਸਿੱਧੀ ਕਰਾ ਕੇ ਗੱਡੀ ਇੱਕ ਸਾਈਡ 'ਤੇ ਲਗਵਾਈ। ਉਸ ਤੋਂ ਬਾਅਦ ਦੋ ਮੁੰਡੇ ਡਿਟੇਨ ਕੀਤੇ ਹੋਏ ਸੀਗੇ, ਇੱਕ ਪਿੰਡ ਗਦਨਿਆਣੀ ਅਤੇ ਇੱਕ ਪਿੰਡ ਫਲੇੜੇ, ਜਿੱਥੇ ਕਿ ਲੋਕਾਂ ਦਾ ਬਹੁਤ ਜ਼ਿਆਦਾ ਘੱਟ ਸੀ ਅਤੇ ਲੋਕ ਬਹੁਤ ਜ਼ਿਆਦਾ ਤੈਸ਼ 'ਚ ਆਏ ਹੋਏ ਸੀਗੇ, ਜਿਨ੍ਹਾਂ ਨੂੰ ਅਸੀਂ ਮੌਕੇ ਜਾ ਕੇ ਸਾਰੀ ਇਹ ਘਟਨਾ ਵੈਰੀਫਾਈ ਕੀਤੀ। ਪਿੰਡ ਆਲਮਪੁਰ ਬੋਦਲਾ ਵੀ ਗੱਲ ਕੀਤੀ ਵੀ ਕੋਈ ਇੱਦਾਂ ਦੀ ਘਟਨਾ ਕੋਈ ਹੋਈ ਹੈ ਜਾਂ ਨਹੀਂ, ਜਿੱਥੇ ਕਿ ਪਤਾ ਲੱਗਿਆ ਵੀ ਕੋਈ ਇੱਦਾਂ ਦੀ ਘਟਨਾ ਨਹੀਂ ਹੋਈ, ਇਹ ਅਫਵਾਹ ਹੈ। ਤਾਂ ਅਸੀਂ ਲੋਕਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਅਤੇ ਜਿਹੜੇ ਇਹ ਦੋ ਮੁੰਡੇ ਡਿਟੇਨ ਕੀਤੇ ਹੋਏ ਸੀ ਲੋਕਾਂ ਵੱਲੋਂ, ਭੀੜ ਵੱਲੋਂ, ਉਹਨਾਂ ਨੂੰ ਅਸੀਂ ਛੁਡਵਾ ਕੇ ਪਿੰਡ ਡਸਕਾ ਦੀ ਪੰਚਾਇਤ ਦੇ ਹਵਾਲੇ ਕੀਤਾ। ਦੇਖੋ, ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ, ਰਾਤ ਵਾਲੀ ਕੋਈ ਵੀਡੀਓ ਵਾਇਰਲ ਹੋਈ ਹੈ, ਉਹਨਾਂ ਦੀ ਮਾਰ ਕੁਟਾਈ ਦੀ ਹੈ, ਉਹ ਅਸੀਂ ਜਿਹੜੀ ਉਹਨੂੰ ਜਾਂਚ ਕਰਕੇ ਜੋ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਉਹ ਕਰਾਂਗੇ। ਅਤੇ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਵੀ ਇੱਦਾਂ ਦੀਆਂ ਅਫਵਾਹਾਂ ਤੋਂ ਬਚੋ, ਕਿਉਂਕਿ ਕਿਸੇ ਦੀ ਇੱਕ ਵਿਅਕਤੀ ਦੀ ਅਫਵਾਹ ਉੱਡਣ ਕਰਕੇ ਰਾਤ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੱਲੇ ਸੀਗੇ, ਪਰ ਸਾਡੀ ਮੁਸਤੈਦੀ ਕਾਰਨ ਕਰਕੇ, ਸਾਡੀ ਪੁਲਿਸ ਫੋਰਸ ਦੀ ਮੁਸਤੈਦੀ ਕਾਰਨ ਕਰਕੇ ਕੋਈ ਵੀ ਅਣਸਖਾਵੀ ਘਟਨਾ ਨਹੀਂ ਹੋਈ। ਇੱਕਾ ਦੁੱਕੀ ਹਾਂ, ਇਹ ਘਟਨਾ ਜਿਹੜੀ ਗੱਡੀ ਕੋਈ ਖੇਤਾਂ 'ਚ ਪਲਟ ਗਈ ਹੈ, ਉਹ ਅਸੀਂ ਪੜਤਾਲ ਕਰਾਂਗੇ ਜੇ ਉਹ ਕਿਸ ਵਜ੍ਹਾ ਕਰਕੇ ਪਲਟੀ ਸੀ ਉੱਥੇ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।